ਪੁਲਿਸ ਵੱਲੋਂ 4 ਤਸਕਰ ਗ੍ਰਿਫਤਾਰ ਕੀਤੇ ਗਏ। ਤਸਕਰਾਂ ਦੇ ਕੋਲੋਂ 3 ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ 2 32 ਬੋਰ ਦੇ ਪਿਸਟਲ ਅਤੇ 1 ਇੰਪੋਰਟੈਂਟ ਇਟਲੀ ਮੇਡ ਪਿਸਟਲ ਵੀ ਬਰਾਮਦ ਹੋਇਆ। ਫੜੇ ਗਏ ਆਰੋਪੀਆਂ 'ਤੇ ਪਹਿਲਾਂ ਵੀ NDPC ਅਤੇ ਨਜਾਇਜ਼ ਅਸਲੇ ਦੇ ਦਰਜਨ ਦੇ ਕਰੀਬ ਮੁਕੱਦਮੇ ਦਰਜ ਨੇ। ਪੁਲਿਸ ਬੈਕਵਰਡ ਅਤੇ ਫਾਰਵਰਡ ਲਿੰਕ ਖਾਂਗਣ ਕੰਗਾਲਣ ਦੇ ਵਿੱਚ ਜੁਟ ਗਈ ਹੈ ਅਤੇ ਕਿੱਥੋਂ ਹਥਿਆਰ ਲਿਆ ਕੇ ਇਹ ਅੱਗੇ ਵੇਚਦੇ ਸਨ। ਫਿਰੋਜ਼ਪੁਰ ਪੁਲਿਸ ਵੱਲੋਂ 4 ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਉਹਨਾਂ ਪਾਸੋਂ 3 ਨਜਾਇਜ਼ ਹਥਿਆਰ ਬਰਾਮਦ ਹੋਏ ਨੇ। ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ 4 ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 32 ਬੋਰ ਦੇ ਪਿਸਟਲ ਅਤੇ 1 ਬਰੇਟਾ ਪਿਸਟਲ, ਜੋ ਕਿ ਇਟਲੀ ਮੇਡ ਇੰਪੋਰਟੈਂਟ ਪਿਸਟਲ ਹੈ, ਅਤੇ ਜਿੰਦਾ ਰਾਊਂਡ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ। SP ਇਨਵੈਸਟੀਗੇਸ਼ਨ ਰਣਦੀਪ ਕੁਮਾਰ ਨੇ ਦੱਸਿਆ ਹੈ ਕਿ ਫੜੇ ਗਏ ਮੁਲਜ਼ਮਾਂ 'ਤੇ ਪਹਿਲਾਂ ਵੀ NDPC ਐਕਟ, ਅਸਲਾ ਐਕਟ ਅਤੇ ਹੋਰ ਕਈ ਅਲੱਗ ਅਲੱਗ ਧਾਰਾਵਾਂ ਦੇ ਵਿੱਚ ਦਰਜਨ ਦੇ ਕਰੀਬ ਮੁਕੱਦਮੇ ਦਰਜ ਅਤੇ ਇਹ ਮੁਲਜ਼ਮ ਹਥਿਆਰ ਅਤੇ ਨਸ਼ੇ ਦੀ ਤਸਕਰੀ ਕਰਦੇ ਨੇ। ਇਹਨਾਂ ਦੀ ਜਿਹੜੀ ਪਹਿਚਾਣ ਹੈ ਉਹ ਇਕਬਾਲ ਸਿੰਘ, ਮੇਵਾ ਸਿੰਘ, ਲਵਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਸਾਰੇ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਨੇ। ਇਹਨਾਂ ਦੇ ਖਿਲਾਫ਼ ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਫਾਰਵਰਡ ਅਤੇ ਬੈਕਵਰਡ ਲਿੰਕ ਤਲਾਸ਼ੇ ਜਾ ਰਹੇ ਨੇ। ਆਖਿਰਕਾਰ ਇਹ ਹਥਿਆਰ ਕਿੱਥੋਂ ਲਿਆ ਕੇ ਕਿੱਥੇ ਸਮਗਲ ਕਰਦੇ ਨੇ।